ਭਾਰਤ ਦੇ ਕੇਂਦਰੀ ਸਿਹਤ ਮੰਤਰੀ ਮਨਜੁਖ ਵਾਂਡਵਿਆ ਨੇ ਚਾਈਨਾ ਸਮੇਤ ਕੁਝ ਦੇਸ਼ਾਂ 'ਚ ਕਰੋਨਾ ਵਾਇਰਸ ਦੇ ਮਾਮਲਿਆਂ 'ਚ ਵਾਧੇ ਵਿਚਾਲੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੇ ਜਾਂਚ ਤੇ ਕੋਵਿਡ ਟੈਸਟਿੰਗ ਸਹੂਲਤਾਂ ਦਾ ਜਾਇਜ਼ਾ ਲਿਆ ਸਰਕਾਰ ਨੇ ਹਰ ਅੰਤਰਰਾਸ਼ਟਰੀ ਉਡਾਣ ਰਾਹੀਂ ਆਉਣ ਵਾਲੇ ਯਾਤਰੀਆਂ 'ਚ 2 ਫੀਸਦੀ ਯਾਤਰੀਆਂ ਦੇ ਲਈ ਕੋਵਿਡ ਟੈਸਟਿੰਗ ਲਾਜ਼ਮੀ ਕਰ ਦਿੱਤੀ ਹੈ ਇਸ ਤੋਂ ਇਲਾਵਾ ਚਾਈਨਾ ਹਾਂਗਕਾਂਗ ਜਾਪਾਨ ਦੱਖਣੀ ਕੋਰੀਆ ਸਿੰਗਾਪੁਰ థਾਈਲੈਂਡ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਦੇ ਲਈ 1 ਜਨਵਰੀ ਤੋਂ ਕੋਵਿਡ ਰਿਪੋਰਟ ਜਿਹੜੀ ਹੈ ਉਹ 네ਗੇਟਿਵ ਦਿਖਾਉਣੀ ਲਾਜ਼ਮੀ ਕਰ ਦਿੱਤੀ ਗਈ ਸੀ ਇਹ ਟੈਸਟ ਭਾਰਤ ਦੀ ਯਾਤਰਾ ਤੋਂ 72 ਘੰਟੇ ਪਹਿਲਾਂ ਕਰਵਾਇਆ ਜਾਣਾ ਚਾਹੀਦਾ ਹੈ ਜਿਵੇਂ ਵਾਰ-ਵਾਰ ਦੱਸਿਆ ਜਾ ਰਿਹਾ ਹੈ ਤੇ ਰਵਾਨਗੀ ਤੋਂ ਪਹਿਲਾਂ ਆਰਟੀਪੀਸੀਆਰ ਟੈਸਟ ਦੀ 네ਗੇਟਿਵ ਰਿਪੋਰਟ 에ਅਰ ਸੁਵਿਧਾ ਪੋਰਟਲ ਤੇ ਅਪਲੋਡ ਕਰਨੀ ਪੈਗੀ ਮੰਡਵੀਆ ਨੇ ਸੋਮਵਾਰ ਨੂੰ ਇੱਕ ਟਵੀਟ ਕਰਕੇ ਕਿਹਾ ਕੀ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ 에어 ਸੁਵਿਧਾ ਸਿਸਟਮ ਤੇ ਆਰਟੀਪੀਸੀਆ ਟੈਸਟ ਦੀਆਂ ਸਹੂਲਤਾਂ ਤਾਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ 에어ਪੋਰਟ ਤੇ ਜਾ ਕੇ ਨਿਰੇਖਣ ਕੀਤਾ।